सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। बीती मध्य रात मिनी सचिवालय में सर्टिफिकेट रिकॉर्ड रूम में लगी आग पर बड़ी मशक्कत के बाद काबू पाया गया, लेकिन इससे पहले कि आग पर काबू पाया जाता तब तक रिकॉर्ड का कुछ हिस्सा आग की भेंट चढ़ चुका था। आशंका व्यक्त की जा रही है कि चोरी की वारदात के दौरान आग की घटना घटी होगी, लेकिन रिकॉर्ड की क्या स्थिति है इसकी जानकारी तो रिकॉर्ड के मिलान के बाद सामने आ पाएगी। लेकिन समझा जाता है कि चोर रिकॉर्ड रूम में कुछ रिकॉर्ड चोरी करके ले जाने में सफल हो गए। प्राप्त जानकारी के अनुसार बीती मध्य रात्रि चोर मिनी सचिवालय में सर्टिफिकेट रिकॉर्ड रूम में जा घुसे, जहां पर ताला तोड़ने के बाद रिकॉर्ड को खंगालने के बाद चोरी की वारदात को अंजाम दिए जाने की आशंका है। बताया जाता है कि घटना स्थल पर जली हुई सिगरेट के टुकड़े पड़े हुए मिले हैं, जिससे लगता है कि चोरों ने वारदात को अंजाम देने के दौरान जली हुई सिगरेट के टुकड़े फेंक दिए होंगे, जिससे रिकॉर्ड रूम में आग लग गई। लेकिन चोर चोरी की वारदात को अंजाम देने के बाद फरार होने में कामयाब हो गए। बताया जाता है कि रोजाना की तरह जब स्टाफ सुबह करीब 9 बजे कार्यालय में पहुंचा तो देखा कि प्रथम मंजिल से जलने की स्मेल आ रही है, जिस पर स्टाफ बिना देरी किए पहली मंजिल पर गए तो देखा कि रिकॉर्ड रूम का सामान बिखरा पड़ा है, जिससे अधिकारियों ने आशंका व्यक्त की है कि कोई चोरी करने की नीयत से कार्यालय में घुसा होगा, लेकिन सिगरेट के फेंके गए टुकड़ों के चलते रिकॉर्ड रूम को आग लग गई होगी, जिससे थोड़ा रिकॉर्ड जल गया। इस संबंधी नायब तहसीलदार गुरमीत सिंह मिश्रा ने जानकारी देते हुए बताया कि स्टाफ आया 9 बजे ਸਮੈਲ ਆ ਰਹੀ ਸੀ ਥੱਲੇ ਸਟਾਫ ਪਹਿਲਾਂ ਥੱਲੜੇ ਫਲੋਰ ਤੇ ਸੀ ਥੱਲੜੇ ਫਲੋਰ ਵਾਲੇ ਨੇ ਦੇਖਿਆ ਕਿ ਉੱਪਰ ਧੂੰਆਂ ਨਿਕਲ ਰਿਹਾ ਇਹਨਾਂ ਨੇ ਆ ਕੇ ਤਾਲਾ ਤੋੜ ਕੇ ਦਰਵਾਜ਼ਾ ਖੋਲਿਆ ਅਤੇ ਅੰਦਰ ਸਾਰਾ ਸਮਾਨ ਥੱਲੇ ਬਿਖਰਿਆ ਹੋਇਆ ਸੀ ਜਿਹੜਾ ਟੇਬਲ ਦੇ ਉੱਤੇ ਹੁਣ ਰੱਖਿਆ ਹੋਇਆ ਇਹ ਸਮਾਨ ਥੱਲੇ ਫਰਸ਼ 'ਤੇ ਖਿਲਰਾ ਹੋਇਆ ਸੀ ਅਤੇ ਕੋਈ ਚੋਰੀ ਕਰਨ ਦੀ ਨੀਅਤ ਨਾਲ ਲੱਗਦਾ ਕਿ ਅੰਦਰ ਆਇਆ ਔਰ ਉਹ ਸਿਗਰਟ ਦੇ ਵੀ ਟੋਟੇ ਇੱਥੇ ਪਏ ਹੈ ਹੋ ਸਕਦਾ ਉਹਦੇ ਨਾਲ ਅਲੱਗ ਅਲੱਗ ਹੀ ਹੋਵੇ ਅੱਜ ਦਿਖ ਰਿਹਾ ਇੱਕ ਤਾਂ ਬਾਰੀ ਦਾ ਹੈਂਡਲ ਟੁੱਟਾ ਹੋਇਆ ਹਾਂਜੀ ਇੱਥੋਂ ਤੋੜਿਆ ਹੈਂਡਲ ਉਹਨੇ ਥੱਲੇ ਪਿਆ ਬਾਰੀ ਚੋਂ ਸ਼ਾਇਦ ਕੋਈ ਚੀਜ਼ ਨਾ ਕੱਢੀ ਹੋਵੇ ਦੂਸਰਾ ਕੁਛ ਜਿਹੜੀ ਉਹ ਸਿਗਰਟ ਗਿਰੀ ਹੈ ਉਹਦੇ ਨਾਲ ਥੋੜੇ ਸਰਟੀਫਿਕੇਟਸ ਨੂੰ ਅੱਗ ਲੱਗੀ ਹੈ ਪਰ ਉਹ ਕਾਫੀ ਬਚ ਗਏ ਪਰ ਹੁਣ ਇਹ ਰਜਿਸਟਰ ਨਾਲ ਜਦੋਂ ਮਿਲਾਣਗੇ ਜਦੋਂ ਇਹ ਰਜਿਸਟਰ ਨਾਲ ਮਿਲਾਣਗੇ ਤੇ ਕਾਗਜ਼ ਕਿਹੜੇ ਗਾਇਬ ਨੇ ਉਹਨਾਂ ਦਾ ਪਤਾ ਲੱਗ ਜਾਏਗਾ ਇਸ ਤੋਂ ਇਲਾਵਾ ਕੁਛ ਹੋਰ ਸਰ ਚੋਰੀ ਹੋਈ ਇਸ ਤੋਂ ਇਲਾਵਾ ਸਟਾਫ ਨੇ ਦੱਸਿਆ ਇੱਕ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਜਿਹਦੇ ਤੇ ਸ਼ੇਰ ਦੀ ਛੱਪੀ ਹੁੰਦੀ ਹੈ ਪ੍ਰਤਿਮਾ ਉਹ ਪਿਕਚਰ ਜਿਹੜੀ ਛੱਪੀ ਹੁੰਦੀ ਹੈ ਉਹ ਸਟੈਂਪ ਨਹੀਂ ਹੈ ਦੂਸਰਾ ਤਹਿਸੀਲਦਾਰ ਰਾਜਪੁਰਾ ਦੀ ਸਟੈਂਪ ਵੀ ਨਹੀਂ ਹੈ ਸਰ ਇਸ ਤੋਂ ਪਹਿਲਾਂ ਵੀ ਇਸ ਸੇਮ ਚੋਰੀ ਹੋ ਚੁੱਕੀ ਹੈ ਬਸ ਉੱਥੇ ਅੱਗ ਨਹੀਂ ਲੱਗੀ ਸੀ ਬਾਕੀ ਸੇਮ ਚੋਰੀ ਹੋਈ ਹੈ ਸਰ ਇਹ ਕਿਉਂ ਮਤਲਬ ਚੌਕੀਦਾਰ ਨਹੀਂ ਹੈ ਉਰੇ ਕੀ ਵਿਵਸਥਾ ਨਹੀਂ ਹੈ ਪ੍ਰਸ਼ਾਸਨ ਦੀ ਕੀ ਸਾਡੇ ਕੋਲ ਚੌਕੀਦਾਰ ਨਹੀਂ ਹੈ ਇੱਕੋ ਹੀ ਚੌਕੀਦਾਰ ਹੈ ਜੋ ਐਸਡੀਐਮ ਆਫਿਸ ਦੀ ਦੇਖਭਾਲ ਕਰਦਾ ਹੈ ਦੂਸਰਾ ਜਿਹੜਾ ਗਾਰਡ ਹੈ ਉਹ ਖਜ਼ਾਨੇ ਦੀ ਦੇ ਉੱਤੇ ਰਹਿੰਦਾ ਹੈ ਪਰ ਸਾਡੇ ਉੱਪਰ ਜਿਹੜਾ ਫਸਟ ਫਲੋਰ ਦੇ ਉੱਤੇ ਚੌਕੀਦਾਰ ਨਹੀਂ ਹੈ ਕਿਉਂਕਿ ਸਾਡੇ ਇੱਥੇ 3-4 ਕਮਰੇ ਨੇ ਜਿਹਦੇ ਵਿੱਚ ਸਾਡਾ ਰਿਕਾਰਡ ਹੈ ਉਹ ਫਿਊਚਰ ਦੇ ਵਿੱਚ ਦੇਖਦੇ ਹਾਂ ਅਸੀਂ ਸਰ ਜਦ ਵੀ ਇਹ ਗੱਲ ਜਦ ਪਹਿਲੀ ਚੋਰੀ ਹੋਈ ਸੀ ਸਰ ਪਹਿਲੇ ਵੀ ਪ੍ਰਸ਼ਾਸਨ ਵੱਲੋਂ ਇਹੀ ਕਿਹਾ ਗਿਆ ਸੀ ਵੀ ਅਸੀਂ ਪੁਖਤਾ ਪ੍ਰਬੰਧ ਕਰਾਂਗੇ ਲੇਕਿਨ ਬਾਰ-ਬਾਰ ਚੋਰੀ ਹੋਣਾ ਲੋਕਾਂ ਦੇ ਮੇਨ ਡਾਕੂਮੈਂਟ ਹੈਗੇ ਉਰੇ ਸਰ ਵੀ ਤੁਸੀਂ ਨਹੀਂ ਸਮਝਦੇ ਵੀ ਇਹ ਮਤਲਬ ਜ਼ਰੂਰੀ ਕੰਮ ਹੈ ਪਹਿਲਾਂ ਬਹੁਤ ਜ਼ਰੂਰੀ ਹੈ ਔਰ ਇਹਦੀ ਸਿਕਿਉਰਿਟੀ ਦੀ ਵੀ ਲੋੜ ਹੈ ਔਰ ਅਸੀਂ ਨਿੱਜੀ ਇੰਟਰਸਟ ਲੈ ਕੇ ਚੌਕੀਦਾਰ ਦਾ ਵੀ ਪ੍ਰਬੰਧ ਕਰਾਂਗੇ ਔਰ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਐਸਡੀਐਮ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਵੀ ਇੱਥੇ ਪੱਕੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਐਸਾ ਮੈਡਮ ਕੱਲ ਤੁਸੀਂ ਕਿੰਨੇ ਵਜੇ ਉੱਤੋਂ ਕਮਰਾ ਲੌਕ ਕਰਾ ਕੇ ਗਏ ਸੀਗੇ ਪਰਸੋਂ 5 ਵਜੇ ਤੇ ਤੁਹਾਨੂੰ ਕਿਵੇਂ ਮਤਲਬ ਪਤਾ ਲੱਗਿਆ ਚੋਰੀ ਹੋਈ ਹੈ ਜਦੋਂ ਮੈਂ ਸਵੇਰੇ ਆਈ ਆ ਹਾਂਜੀ ਹਾਂਜੀ ਤਾਂ ਭਜਨ ਸਿੰਘ ਪੀਐਨ ਸਾਡਾ ਉਹਨੇ ਮੈਨੂੰ ਦੱਸਿਆ ਵੀ ਤੁਹਾਡੇ ਕਮਰੇ 'ਚ ਧੂੰਆਂ ਆ ਰਿਹਾ ਬਹੁਤ ਜਦੋਂ ਮੈਂ ਅੰਦਰ ਆ ਕੇ ਦੇਖਿਆ ਤਾਂ ਕਮਰੇ ਵਿੱਚ ਵੜਿਆ ਹੀ ਨਹੀਂ ਜਾ ਰਿਹਾ ਸੀਗਾ ਇੰਨਾ ਧੂੰਆਂ ਤੇ ਤੁਸੀਂ ਮੇਨ ਡੋਰ ਤੇ ਲੌਕ ਲਵਾ ਕੇ ਜਾਂਦੇ ਹੋ ਹਾਂਜੀ ਤੇ ਸਵੇਰੇ ਜਦ ਤੁਸੀਂ ਇਹ ਲੌਕ ਹੈਗਾ ਸੀ ਜਾਂ ਟੁੱਟਿਆ ਹੋਇਆ ਸੀਗਾ ਜੀ ਸਰ ਟੁੱਟਿਆ ਹੋਇਆ ਸੀ ਤੇ ਕੀ ਤੁਸੀਂ ਨੁਕਸਾਨ ਲੱਗਦਾ ਤੁਹਾਨੂੰ ਵੀ ਤੁਸੀਂ ਤਾਂ ਉਰੇ ਸਾਰਾ ਦੇਖਦੇ ਹੋ ਡਾਕੂਮੈਂਟਸ ਮੈਨੂੰ ਆਪਣੇ ਰਜਿਸਟਰ ਲੱਗ ਰਹੇ ਆ ਵੀ ਮੇਰੇ ਰਜਿਸਟਰ ਹਿੱਲੇ ਹੋਏ ਆ ਅੱਛਾ ਜੀ ਤੇ ਅੱਗ ਲੱਗੀ ਹੋਈ ਆ ਸੜੇ ਹੋਏ ਆ ਅੱਛਾ ਬਾਕੀ ਮੈਂ ਟੈਲੀ ਕਰੂੰਗੀ ਰਜਿਸਟਰਾਂ ਦੇ ਨਾਲ ਕਿਹੜਾ ਕਿਹੜਾ ਰਿਕਾਰਡ ਹੈਗਾ ਕਿਹੜਾ ਨਹੀਂ ਕਿਹੜਾ ਰਿਕਾਰਡ ਹੁੰਦਾ ਮੈਡਮ ਉਰੇ ਮੇਨ ਮੇਨ ਤਾਂ ਸਰਟੀਫਿਕੇਟਾਂ ਦੀ ਆਫਿਸ ਕਾਪੀਜ਼ ਹੁੰਦੀਆਂ ਜਿਨ੍ਹਾਂ ਦੇ ਬਿਹਾਫ ਤੇ ਅਸੀਂ ਸਰਟੀਫਿਕੇਟ ਬਣਾਉਂਦੇ ਆ ਹਾਂਜੀ ਜੀ ਤੇ ਮੋਹਰਾਂ ਹੁੰਦੀਆਂ ਜਿਹਦੇ ਚ 2 ਮੋਹਰਾਂ ਵੀ ਗਾਇਬ ਹੈ ਠੀਕ ਹੈ ਤੇ ਸਟੇਆਂ ਸੰਬੰਧੀ ਰਿਕਾਰਡ ਵੀ ਹੁੰਦਾ ਰਜਿਸਟਰੀਆਂ ਤੋਂ ਪਹਿਲਾਂ ਜਿਹੜੀ ਸਟੇ ਚੈੱਕ ਹੁੰਦੀ ਹੈ ਹਾਂਜੀ ਜੀ ਉਹ ਜਿਹੜੀ ਸਟੇਆਂ ਲੱਗੀਆਂ ਹੁੰਦੀਆਂ ਉਹਨਾਂ ਦਾ ਰਿਕਾਰਡ ਵੀ ਇਸ ਕਮਰੇ 'ਚ ਹੁੰਦਾ ਰਾਜਪੁਰਾ ਸੇ ਕੈਮਰਾਮੈਨ ਲਲਿਤ ਕੁਮਾਰ ਕੇ ਸਾਥ ਮੀਡੀਆ ਪਰਸਨ ਦਿਨੇਸ਼ ਸਚਦੇਵਾ ਨਿਊਜ਼ 89 सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए धन्यवाद